ਇੱਧਰ ਚੱਲ ਰਹੀ ਆ ਪੈਕਿੰਗ। ਓਏ ਜੀ ਅਪਾਰਟਮੈਂਟ ਚੀਦੀਆਂ ਵਾ। ਕਾਂਗੜੀ ਦਿਖਾਣਾ ਸਰ ਕਿਵੇਂ ਪਾਈ? ਇਹ ਨਾ ਕਾਂਗੜੀ ਰੱਖ ਦੇ ਇੱਦਾਂ ਫੜ ਕੇ ਡੋਲੋ ਵਾਂਗੂ। ਓਏ ਆ ਬੈਠ ਤਨ ਜਿੱਕੀ ਤੂੰ। ਚੱਕੀ ਆ ਵੀਰੇ। ਵੀਰੇ ਸੱਚੀ ਹੋ? ਅੱਛਾ ਨਵੀਂ ਹੁੱਡੀਆਂ ਲੈ ਕੇ ਆਏ ਦਨੋ ਵੀ ਤਾਂ ਬੜੇ ਬੜੇ। ਉਹ ਪਹਿਲੇ ਇੰਨੀ ਸੋਹਣ ਪਈ ਫਿਰ ਜੀਨਾ ਪਹਿਲਾਂ ਹੀ ਪਾ ਰੱਖੀ ਉਹਦੇ ਕਿ ਦੋ ਤਿੰਨ ਜੀਨਾ ਪਾ ਰੱਖੀ ਉਹ ਇੱਕ ਜੀਨਾ ਯਾਰ ਵੀਰੇ ਤੁਸੀਂ ਇੱਕ ਦਿਨ ਨਹੀਂ ਜਾ ਰਹੇ ਹੋ ਵੀਰੇ ਇੱਕ ਦਿਨ ਲਈ ਜਾ ਰਹੇ ਹੋ ਚਲ ਇਹਦੀ ਹੁੱਡੀ ਪਾ ਲਾਂਗੇ ਇੱਕ ਅੱਧੀ ਮੈਂ ਪਾਈ ਨਹੀਂ ਤੁਹਾਨੂੰ ਪਤਾ ਵੀ ਇੱਕ ਦਿਨ ਲਈ ਜਾ ਰਹੇ ਹੋ ਓ ਮਾਈ ਗੋਡ ਮੈਂ ਤਾਂ ਕੱਪੜੇ ਪਾਈ ਨਹੀਂ ਹੈਗੇ ਇਹਦਾ ਮਤਲਬ ਮੈਂ ਤਾਂ ਇੱਕ ਹੁੱਡੀ ਪਾਈ ਉਹ ਵੀ ਪਾਈ ਹੋਈ ਆ ਬਸ ਦੈਟਸ ਇਟ ਸੱਚੀ ਤੁਹਾਨੂੰ ਲੈ ਬਹਿ ਕੇ ਜਗ੍ਹਾ ਨਹੀਂ ਰਹੀ ਵੀਰੇ ਬੂਟ ਕਿੰਨੇ ਲੈ ਆਏਗਾ ਬੂਟ ਦੋ ਅਜੇ ਤਾਂ ਇੱਕ ਹੀ ਲਿਆ ਰਿਹਾ ਮੈਂ ਤਾਂ ਆਈ ਪਾ ਕੇ ਰੱਖੂੰਗਾ ਬਸ ਮੈਂ ਤਾਂ ਆਪ ਹੀ ਪਾ ਕੋਈ ਨਹੀਂ ਹੁੰਦਾ ਹੈ ਮੈਂ ਤਾਂ ਆਪ ਹੀ ਮੈਂ ਫਿਰ ਬਲੇ ਕੋ ਲੋਰ ਪਾਉਂਗਾ ਨਾ ਉਹਦੇ ਨਾਲ ਵਾਈਟ ਸੋਹਣੀ ਨਹੀਂ ਲੱਗਣੀ ਇਹ ਚ ਕੀ ਇੱਟਾ ਰੋੜੇ ਪਾਉਂਦੇ ਤਾਂ ਵੀਰੇ ਖਾਸਾ ਭਾਰਾ ਹੈ ਵੀਰੇ ਤਾਂ ਖਾਸਾ ਭਾਰਾ ਆ ਦੇਖੋ ਜਾ ਕੇ ਇਹ ਜਾ ਕੀ ਇਹ ਸਾਡੇ ਦੋ ਬੈਗਾਂ ਦੇ ਮੇਰਾ ਭਰਾ ਜਿਵੇਂ ਹਫਤੇ ਲਈ ਚੱਲੇ ਉਹਨੇ ਵੀਰੇ ਭਾਰਾ ਪਾ ਲੈ ਜੀ ਤਾਂ ਹੀ ਇਹਨਾਂ ਨੂੰ ਕਿਹਾ ਸੀ ਰਾਤੀ ਪੈਕਿੰਗ ਕਰੋ ਪੌਣੇ ਤਿੰਨ ਹੋ ਰਹੇ ਨੇ ਸਵੇਰ ਦੇ ਤੇ ਇੱਧਰ ਚੱਲ ਰਹੀ ਆ ਪੈਕਿੰਗ ਲਾਲੀ ਵਾਸਤੇ ਗੱਡੀ ਲੈਣ ਚੱਲੇ ਆ ਲਾਲੀ ਨੇ ਗੱਡੀ ਲਈ ਆ ਗੋਲਡ ਕੋਸਟ ਤੋਂ ਸੋ ਗੱਡੀ ਸਿਡਨੀ ਤੱਕ ਆਊਗੀ ਤੇ ਸਿਡਨੀ ਤੱਕ ਇਹ ਜਾਣਗੇ ਸਿਡਨੀ ਤੱਕ ਅਸੀਂ ਆ ਗੱਡੀ ਲੈ ਕੇ ਆਵਾਂਗੇ ਇਹਨੂੰ ਉੱਥੇ ਛੱਡਾਂਗੇ ਉਹਨੂੰ ਵੀ ਲੈ ਆਵਾਂਗੇ ਠੀਕ ਆ ਤਾਂ ਜਿਹੜੀ ਗੱਡੀ ਅਸੀਂ ਲੈ ਕੇ ਆਏ ਸੀਗੇ ਸ਼ੋਰੂਮ ਚੋਂ ਕੈਮਰੀ ਉਹ ਜਸਕਿਰਤ ਵੀਰੇ ਦੇ ਫਰੈਂਡ ਦੀ ਆ ਇਹ ਲੈ ਕੇ ਜਾਣੀ ਆ ਤੇ ਉਧਰੋਂ ਗੱਡੀ ਲੈ ਕੇ ਆਉਣੀ ਆ ਚਲੋ ਜੀ ਗੱਡੀ ਚ ਕਿਹੜੀ ਠੰਡ ਲੱਗਣੀ ਆ ਤੁਹਾਨੂੰ ਧਿਆਨ ਰੱਖਿਓ ਟਾਟਾ ਚੱਲ ਸਮਤਾ ਚੱਲੀਏ ਆਪਣੇ ਘਰ ਵਾਲੇ ਤਾਂ ਗਏ ਸਿਡਨੀ ਹੁਣ ਆਪਾਂ ਹੋਰੇ ਘੁੰਮਾਂਗੇ ਅੱਜ ਆਪਾਂ ਲਾਵਾਂਗੇ ਜਸ਼ਨ ਦੀ ਐਨਕਾਂ ਇੱਕ ਉਹਨੇ ਆਵਲਾ ਰੱਖੀ ਇੱਕ ਮੈਂ ਲਾਉਂ ਜਸ਼ਨ ਕਿੱਥੇ ਲੈ ਕੇ ਚੱਲਿਆ ਘੁਮਾਉਣ ਸਾਨੂੰ ਸੁਣੇ ਰਾਧੀ ਐਨਕ ਅਸੀਂ ਅੱਜ ਆਏ ਹਾਂ ਹਾਈ ਪੁਆਇੰਟ ਤੇ ਸਾਡੇ ਕੋਲ ਟਾਈਮ ਬਹੁਤ ਘੱਟ ਆ ਥੋੜੇ ਜਿਹੇ ਘੰਟੇ ਹੀ ਰਹਿ ਗਏ ਬੰਦ ਹੋਣ ਚ ਦੋ ਘੰਟੇ ਸਵੇਰੇ ਲੇਟ ਸੁੱਤੀ ਸੀ ਮੈਂ ਉਹਨਾਂ ਨੂੰ ਭੇਜ ਕੇ ਸੁੱਤੀ ਸੀ ਤਾਂ ਕਰਕੇ ਲੇਟ ਉੱਠੀ ਆ ਸਮਤਾ ਜੀ ਆਇਆ ਕੁਛ ਪਸੰਦ ਆ ਦੇਖਦੀ ਸੀ ਇਹ ਨਾ 45 ਕਲਰ ਦਾ ਲੱਗਾ ਹੋਇਆ ਪਜਾਮਾ ਅੱਛਾ ਡਬਲ ਐਕਸਲ ਇਹ ਘੱਟਾ ਪੈ ਗਿਆ ਚਲੋ ਕੋਈ ਨਾ ਅੱਗੇ ਦੇਖਦੇ ਹਾਂ ਤੈਨੂੰ ਯਾਦ ਹੈ ਪਹਿਲਾਂ ਆਪਾਂ ਕੱਪੜਿਆਂ ਨੂੰ ਆਏ ਪੈਂਦੀਆਂ ਸੀ ਜਿਵੇਂ ਵੀ ਪਤਾ ਨਹੀਂ ਕੀ ਚੀਜ਼ ਦੇਖਣੀ ਆ ਭੁੱਖ ਭੁੱਖ ਪਾਉਂਦੇ ਸੀ ਆਪਾਂ ਕੱਪੜਿਆਂ ਦੀ ਹੁਣ ਆਰਾਮ ਜੇ ਨਾ ਹੁਣ ਅਸੀਂ ਨਾ ਐਵੇਂ ਨਹੀਂ ਲੈਂਦੇ ਵੀ ਕੁਛ ਵੀ ਲੈ ਲਿਆ ਹੁਣ ਅਸੀਂ ਕਿਉਂਕਿ ਆਲਰੇਡੀ ਸਾਰਾ ਸਮਾਨ ਇਕੱਠਾ ਕਰ ਰੱਖਿਆ ਹੁਣ ਅਸੀਂ ਐਂ ਲੈਣਾ ਗਿਨਵੀਆਂ ਚੁਨੀਆਂ ਚੀਜ਼ਾਂ ਲੈਣਾ ਇੱਕ ਸਾਡੇ ਕੋਲ ਜਗ੍ਹਾ ਵੀ ਨਹੀਂ ਬਚੀ ਇਹ ਵੀ ਮੇਨ ਰੀਜ਼ਨ ਆ ਸਾਜੀ ਕਹਿੰਦੇ ਜੈਕਟ ਦੇਖ ਕੇ ਜਾਓ ਸੋਹਣੀ ਨਹੀਂ ਹੈਗੀ ਆਪਣੀ ਸਵੈਟਸ਼ਰਟ ਜੀ ਮਿਲੀ ਆ ਇੱਕ ਜ਼ਾਰਾ ਤੋਂ ਤੇ ਮੈਂ ਇਹ ਲੈ ਰਹੀ ਹਾਂ ਸਮਤਾ ਮੈਂ ਤਾਂ ਮਹੂਰਤ ਜਿਹਾ ਕਰਤਾ ਮਾੜਾ ਜਿਹਾ ਸਵੈਟ ਸ਼ਰਟ ਲਈ ਆ ਇੱਕ ਵਾਈਟ ਨਹੀਂ ਬੇਜ ਜੀ ਕਰੀਮ ਆਫ ਵਾਈਟ ਜੀ ਆ ਕਰੀਮ ਠੀਕ ਆ ਅੱਛਾ ਇਹ ਕਿਹੜਾ ਸਟੋਰ ਆ ਕਿਹੜਾ ਮਿੰਨੀ ਪਤਾ ਨਹੀਂ ਮਿੰਨੀ ਸ਼ੋ ਮਿੰਨੀ ਸ਼ੋ ਨੂੰ ਕਹਿੰਦਾ ਮਿੰਨੀ ਸ਼ੋ ਹੁਣ ਅਸੀਂ ਐ ਮਿੰਨੀ ਸ਼ੋ ਇੱਥੇ ਅਸੀਂ ਮਨ ਪਰਚਾਵੇ ਲਈ ਆਉਣੇ ਆ ਤੂੰ ਵੀ ਬਹਿ ਜਾ ਚਲੋ ਕਿਊਟ ਕਿਊਟ ਚੀਜ਼ਾਂ ਦੇਖਾਂਗੇ ਅਸੀਂ ਉਹਦੇ ਕਿੰਨਾ ਕਿਊਟ ਜਿਹਾ ਬੈਗ ਆ ਕਿੱਟੀ ਵਾਲਾ ਮਿੰਨੀ ਸ਼ੋ ਚ ਚੀਜ਼ਾਂ ਹੀ ਦੇਖਣ ਦਾ ਬੜਾ ਮਜ਼ਾ ਆਉਂਦਾ ਸਰ ਤੁਸੀਂ ਰੱਜੇ ਨਹੀਂ ਐਨਕਾਂ ਨਾਲ ਹੈ ਸਰ ਰੱਜੇ ਨਹੀਂ ਜਸਕੀਰ ਤੋਂ ਵਾਸਤੇ ਦੇਖ ਇੰਨਾ ਪਿਆਰ ਮਾਮੇ ਲਈ
ਆਪਾਂ ਪਹੁੰਚ ਗਏ ਮੈਰੀਟਨ ਅਪਾਰਟਮੈਂਟਸ 'ਚ ਰਹਿਣ ਵਾਸਤੇ ਅਤੇ ਪਾਰਕਿੰਗ ਗੱਡੀ ਲਾਉਣ ਲੱਗੇ ਹਾਂ। ਆਪਾਂ ਮੈਲਬਰਨ 'ਚ ਮਾੜਾ ਜਿਹਾ ਵੀ ਬਿਨਾਂ ਪਲੇਟ ਤੋਂ ਨਿਕਲੇ ਜਦੀ ਚਲਾਣ ਕਰ ਦੇਣ। ਅੱਜ ਆਪਣੇ ਕੋਲ ਸਾਰੇ ਕਾਗਜ਼ ਸੀ, ਅੱਜ ਕਿਸੇ ਨੇ ਨਹੀਂ ਰੋਕਿਆ। ਇਹ ਆ ਜੀ ਅਪਾਰਟਮੈਂਟ, ਸੇਮ ਹੀ ਨੇ ਰੂਮ ਤਾਂ। ਆਹ ਵਾਲੇ ਰੂਮ 'ਚ ਜੱਸਾ ਇਕੱਲਾ ਪਊ। ਠੀਕ ਆ, ਓਕੇ ਆ ਬਾਈ, ਉਹਨੂੰ ਉੱਧਰ ਪੈ ਨਹੀਂ, ਇੱਥੇ ਆਪਾਂ ਬੈਠਾਂਗੇ। ਸੀਟਿੰਗ ਵਧੀਆ ਦਿੱਤੀ ਸੀ ਇਹਨਾਂ 6 ਜਣਿਆਂ ਦੀ। ਇਹ ਚ ਰੱਖ ਕੇ ਲੋਕ ਲਾ ਦੇ ਯਾਰ ਬਈ। ਅੱਜ ਆਪਾਂ ਬਣਾਵਾਂਗੇ ਚਾਟ ਪਾਪੜੀ, ਚਾਟ ਪਾਪੜੀ ਬਣਾਵਾਂਗੇ ਫਸਟ ਟਾਈਮ। ਤੇ ਅਸੀਂ ਉਹਦਾ ਸਮਾਨ ਲੈਣ ਆਇਆ ਹੁਣ, ਜਿਵੇਂ ਅਸੀਂ ਲੈ ਰਹੇ ਹਾਂ ਸਮਾਨ। ਚਾਟ ਪਾਪੜੀ ਅਸੀਂ ਲੈ ਲਈ ਆ, ਇਨ ਕੇਸ ਨਾ ਕਰੀ ਕੋਈ ਹੋਵੇ ਕਾ ਸੇਵ। ਇੱਕ ਆਪਾਂ ਲੈਣੀ ਆ ਸੌਸਿਸ। ਹੁਣ ਜਸ਼ਨ ਅਸੀਂ ਭੇਜਿਆ ਵੀ ਅਨਾਰ ਲੈ ਕੇ ਆ, ਅਨਾਰ ਗੱਲਾ ਉਹਦੇ ਨਾਲ ਹੀ ਫਿਰ ਗੱਲਬਾਤ ਬਣੂ ਨਾ। ਸਮਾਨ ਅਸੀਂ ਇੱਕ ਦੋ ਲੈ ਜਾਂਦੇ ਹਾਂ ਪਰ ਹੋ ਹੀ ਜਾਂਦਾ ਜ਼ਿਆਦੇ। ਬਾਹਰਲੀ ਚਾਟ ਪਾਪੜੀ ਉਹ ਸਸਤੀ ਪੈ ਜਾਂਦੀ। ਕਿਉਂ, ਕੀ ਹੋ ਗਿਆ? ਸਸਤੀ ਉਹਨੂੰ ਗੱਲ ਵੀ ਅਨਾਰ ਮਹਿੰਗਿਆ ਇਹਨੇ ਬਾਹਰ ਵੀ ਸਮਾਨ ਵੀ। ਅਸੀਂ ਨਾ ਚਾਟ ਪਾਪੜੀ ਬਣਾਉਣ ਦਾ ਸਮਾਨ ਲੈਣ ਲੈਣ ਆਏ ਸੀ, ਸਮਝਾ $97 ਤਾਂ ਲੱਗਿਆ ਇੰਡੀਅਨ ਸਟੋਰ ਤੇ, ਤੇ ਹੁਣ $22 ਦੇ ਕੱਲੇ ਨਾਰ ਆਏ ਆ। ਚਾਟ ਪਾਪੜੀ ਮਹਿੰਗੀ ਪੈ ਰਹੀ ਆ, ਮਹਿੰਗੀ ਪੈ ਰਹੀ ਆ। ਤੂੰ ਤੇਰੀ ਮਰਜ਼ੀ ਆ, ਤੂੰ ਖਾਣੇ ਹੋਏ ਤੇਰੀ ਮਰਜ਼ੀ ਆ, ਅਸੀਂ ਤਾਂ ਖਾਵਾਂਗੇ। ਕਿਉਂ ਵੀ ਬਣ ਗਈ ਤਾਂ ਖਾਣਾਂਗੇ, ਤੇ ਆਫ ਕੋਰਸ ਬਣੇਗਾ ਹੀ, ਤਾਂ ਹੀ ਇੰਨਾ ਸਮਾਨ ਲਿਆ। ਤੇਰੀ ਇੱਕ ਡਿਊਟੀ ਆ ਬਸ, ਤੂੰ ਕੁਛ ਨੀ ਕਰਨਾ। ਪੂਰੇ ਚਾਟ ਪਾਪੜੀ ਦੀ ਰੈਸਿਪੀ ਚ ਤੇਰਾ ਕਰੇਗਾ ਤੂੰ, ਉਹ ਕਰਨਾ ਬਸ ਅਨਾਰ ਛਿੱਲਣਾ। ਪੁਰਾਣੀ ਟੀ ਸ਼ਰਟ ਪਾਲੀ ਯਾਰ, ਕੱਟਣੇ ਟਮਾਟਰ ਕੱਟਣੇ, ਕੀ ਕੱਟੇਗਾ ਤੂੰ? ਮੈਂ ਦੱਸਦਾ ਡਾਕਟਰ ਨੇ ਕਿਹਾ ਪਿਆਜ ਨਹੀਂ, ਕਿਹਾ ਪਿਆਜ ਲਵੇ ਨੀ ਲੱਗਣਾ, ਸੱਚੀ ਗੱਲ ਆ। ਖਾਣ ਤਾਂ ਆਜੂਗਾ ਬਈ, ਮੈਂ ਆ ਕੱਢ ਲਿਆ। ਸੰਤਾ ਕਹਿੰਦੀ ਇਹ ਕੀ ਚੀਜ਼ ਆ, ਮੈਂ ਕਿਹਾ ਚਿਵੜਾ। ਨਵੀਆਂ ਚੀਜ਼ਾਂ ਲੈ ਕੇ ਆਉਂਦੀ, ਨਵੇਂ ਨਾ ਸੁਣ ਲਿਆ ਚਿਵੜਾ। ਤੂੰ ਕਦੇ ਚਿਵੜਾ ਨੀ ਸੁਣਿਆ? ਮੈਂ ਨੀ ਸੁਣਿਆ ਚਿਵੜਾ, ਨਹੀਂ ਉਹਨੇ ਸੁਣਿਆ ਚਿਵੜਾ। ਹਰ ਵਾਰ ਨਵੀਂ ਨਵੀਂ ਚੀਜ਼ ਲੈ ਕੇ ਆਉਂਦੀ, ਪਤਾ ਕੋਈ ਇਹਦਾ ਇੰਨਾ ਕਾਮਨ ਆ ਚਿਵੜਾ, ਕਹਿੰਦੀ ਚਿਵੜਾ ਕੀ ਹੁੰਦਾ। ਤਿਆਰੀ ਸ਼ੁਰੂ ਕਰਤੀ ਆ ਪਾਪੀ ਚਾਟ ਬਣਾਉਣ ਦੀ। ਸਹੀ ਗੱਲ ਆ, ਪਲੀਜ਼ ਬੀ ਰੈਡੀ, ਸਾਰੇ ਜਣੇ ਉਂਗਲਾਂ ਚੱਟੋਂਗੇ ਚੱਟਾਂਗੇ। ਪਿਆਜ਼ ਕੱਟਣਾ ਪਹਿਲਾਂ, ਬਾਕੀ ਕੰਬਰ, ਟਮਾਟਰ, ਧਨੀਆ,
ਤੇ ਫਿਰ ਅਨਾਜ ਛੱਲਣਾ ਆ, ਇਹ ਪਹਿਲਾਂ ਤਿਆਰ ਕਰਾਂਗੇ ਆਪਾਂ, ਛੋਟਾ 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 ਬਣਾਉਣਾ ਆ, ਮੈਂ ਕੱਟਣਾ ਆ, ਅਤੇ ਇੱਦਾਂ ਹੀ ਆਪਾਂ ਪਤਲੀ ਕਰਕੇ ਰੱਖ ਲਈ, ਆਪਾਂ ਇਹਦੇ ਵਿੱਚ ਨਾ ਪਾਣੀ ਮਿਕਸ ਕਰਕੇ ਪਤਲੀ ਵੀ ਬਣਾਉਣੀ ਆ, ਹਾਂ ਇਹਨੂੰ ਹਜੇ ਹੋਰ ਫਾਈਨ ਕਰਾਂਗੇ ਥੋੜ੍ਹੀ ਜਿਹੀ। ਸਮੱਗਰੀ ਆ ਗਈ ਵੀ ਸਾਡੀ ਪੂਰੀ, ਇਹ 'ਚ ਸਾਰੇ ਆਪਣੇ ਪਿਆਜ਼ ਟਮਾਟਰ ਖੀਰਾ ਕੀ ਹੁੰਦਾ ਕੋਰੀਐਂਡਰ ਸਭ ਕੁਛ ਹੋ ਗਿਆ, ਅਨਾਰ ਵੀ ਛਿੱਲੇ ਗਏ ਨੇ, ਅਤੇ ਦਹੀਂ ਤਿਆਰ ਆ, ਸੌਸ ਤਿਆਰ ਨੇ, ਹੁਣ ਆਪਾਂ ਕਰਾਂਗੇ ਅਸੈਂਬਲ ਇਹਨਾਂ ਨੂੰ। ਅਤੇ ਵਾਈਟ ਚਨੇ ਵੀ ਉਬਲੇ ਹੋਏ ਲੈ ਲਏ ਆਪਾਂ, ਅਤੇ ਇਹਦੇ ਵਿੱਚ ਆਪਾਂ ਚਾਟ ਮਸਾਲਾ ਪਾਵਾਂਗੇ। ਓਪਸ ਜ਼ਿਆਦਾ ਪੈ ਗਿਆ, ਪਾਪੜੀ ਚਾਟ ਅਸੈਂਬਲ ਕਰਨ ਲੱਗਿਆ, ਤਾਂ ਇਹ ਅਲੱਗ ਤਰ੍ਹਾਂ ਦੀ ਪਾਪੜੀ ਚਾਟ ਆ, ਓਕੇ ਰਾਜਸਥਾਨੀ। ਬਹੁਤ ਸਵਾਦ ਬਣਨ ਵਾਲੀ ਹੈ ਨਾ, ਚੁੱਪ ਕਰ ਜਾ, ਉਹਨੂੰ ਕਰ ਲੈਣ ਦੇ ਕੰਮ। ਥੋੜੀ ਰੈਡ ਸੌਸ ਹੋਰ ਪਾਵਾਂਗੇ, ਹੁਣ ਆਪਾਂ ਪਾਵਾਂਗੇ ਤੇ ਅਨਾਰ। ਸਿੰਗਲ ਚੱਕ ਚੱਕ ਕੇ ਖਾਣ ਵਾਲੀ, ਹੁਣ ਮੈਂ ਤੁਹਾਡੇ ਲਈ ਦੂਜੀ ਬਣਾ ਦਿੰਦੀ ਹਾਂ। ਦੇਖੀ ਹੁਣ ਨਕਲ ਕਰੂਗਾ ਮੇਰੀ, ਉਹ ਨੀ ਬਣਾਉਂਦਾ ਮੈਂ, ਮੈਨੂੰ ਪਤਾ ਕਿਹੜੀ ਬਣਾਏਗਾ ਹੁਣ ਤੂੰ। ਸਾਡੀ ਟਿਪੀਕਲ ਜਿਹੜੀ ਹੁੰਦੀ ਆ ਉਹ ਸਟਾਈਲ ਦੀ ਚਾਟ ਪਾਪੜੀ ਬਣੀ ਆ ਜਸ਼ਨ। ਬਸ ਨਹੀਂ ਮੈਂ ਤੈਨੂੰ ਦਿਖਾਉਣ ਲਈ ਆ, ਰੰਗ ਵੀ ਸੋਹਣਾ, ਗੱਡੀ ਵੀ ਸੋਹਣੀ, ਜੱਸੇ ਵਾਲੇ ਨਾਲ ਦੀ ਲਿਆਂਦੀ ਆਊਟਲੈਂਡਰ, ਇਹ ਅਸੀਂ ਲੈ ਕੇ ਆਏ ਸਿਡਨੀ ਤੋਂ। ਵੀਰ ਜੀ ਵਧਾਈਆਂ, ਵੀਰ ਜੀ ਕੰਗ੍ਰੈਚੁਲੇਸ਼ਨ ਗਾਇਸ, ਨਵੀਂ ਲਿਆਂਦੀ ਆ, ਤੈਨੂੰ ਕੀ ਕਿਹਾ ਸੈਕਿੰਡ ਹੈਂਡ। ਹੈਲੋ ਸਪਤਾ ਜੀ, ਕੈਸੇ ਹੋ? ਇਹਨਾਂ ਦਾ ਆਊਟਫਿਟ ਇੰਨੇ ਬਦਲੇ ਉੱਥੇ, ਹੋਰ ਕੀ, ਹੋਰ ਸਵੇਰੇ ਕਹਿੰਦਾ ਕਹਿੰਦਾ ਟੀ ਸ਼ਰਟ ਵੀ ਪਾਈ ਲਵਾਂ, ਆਪਾਂ ਕਰ ਰਹੇ ਰਾਈਡ ਬਰਫ ਤੇ,
ਉਸ ਕਿਰਤ ਕੌਰ ਆ ਰਹੀ ਹੈ ਬਈ। ਅਤੇ ਇੱਧਰ ਸਾਰਾ ਵਿਊ ਹੈ ਕੈਂਡ ਉੱਪਰ ਵੀ। ਇੱਧਰ ਬਾਈ ਗਨੋਲਾ ਰਾਈਡ ਦਾ ਔਫਿਸ ਹੈ, ਇੱਥੇ ਕਹਿੰਦੇ ਔਨਲਾਈਨ ਟਿਕਟਾਂ ਹੁੰਦੀਆਂ ਪਰ ਸਾਨੂੰ ਨਹੀਂ ਮਿਲਦੀ, ਅਫਸੋਸ ਹੈ ਗੱਲ ਦਾ। ਅਤੇ 1800 ਰੁਪਏ ਦੀ ਟਿਕਟ ਆ ਜਿਹਦੇ 'ਚ ਉੱਤੇ ਲੱਗ ਜਾਂਦੇ ਆ। ਐਵੇਂ ਬਾਈ ਹੀਟ ਵਾਲੀਆਂ ਫਰਨਸਾਂ ਲਾਈਆਂ ਹੋਈਆਂ ਨੇ ਇਹਨਾਂ ਨੇ ਹੋਟਲਾਂ 'ਚ, ਜਿਹੜੀਆਂ ਕਿ ਰਾਤ ਨੂੰ ਠੰਡ ਤੋਂ ਬਚਾਉਂਦੀਆਂ ਨੇ। ਇਹ ਅੰਦਰੋਂ ਮਿੱਟੀ ਦੀ ਆ, ਉੱਪਰੋਂ ਇਹ ਬਾਂਸ ਦੀ ਬਣੀ ਹੁੰਦੀ ਹੈ ਮੇ ਬੀ। ਅਤੇ ਇਹਨੂੰ ਨਾ ਅੰਦਰੋਂ ਹੱਥ 'ਚ ਫੜ ਕੇ ਇਹ ਛਾਤੀ ਕੋਲ ਰੱਖਦੇ ਨੇ ਤਾਂ ਕਿ ਜਿਹੜਾ ਇਹਨਾਂ ਦਾ ਖੂਨ ਨਾ ਜਾਮ ਹੋਵੇ। ਅਤੇ ਉੱਪਰੋਂ ਇਹ ਝੱਗਾ ਜਿਹਾ ਪਾ ਲੈਂਦੇ ਨੇ, ਠੀਕ ਹੈ, ਇਹਨੂੰ ਵਿੱਚ ਅੱਗ ਬਾਲ ਕੇ ਰੱਖਦੇ ਨੇ ਅੰਗੀਠੀ ਜੀ 'ਚ, ਤਾਂ ਕਰਕੇ ਹਾਂ ਇਹਨਾਂ ਦੇ ਕਲਚਰ ਦਾ ਪਾਰਟ ਹੈ ਇਹ। ਕਿਉਂਕਿ ਠੰਡ ਤੋਂ ਬਚਣ ਲਈ ਕੁਛ ਨਾ ਕੁਛ ਤਾਂ ਬਣਾਉਣਾ ਸੀ ਨਾ ਇਹਨਾਂ ਨੇ। ਹਾਂ ਇਹਦੇ ਚਾਹ ਬਣਾਉਂਦੇ ਨੇ। ਅੱਗ ਉੱਗ ਕਿੱਥੇ ਪੈਂਦੀ ਇਹਨੂੰ ਦੇਖੀ ਜੇ, ਸੈਂਟਰ 'ਚ ਅੱਗ ਹੈ, ਆਲੇ ਦੁਆਲੇ ਪਾਣੀ ਪੈ ਜਾਂਦਾ ਅਤੇ ਪਾਈ ਜਾਂਦੇ ਨੇ ਫਿਰ ਇਹ। ਹਾਂ ਇਹਦਾ ਰੇਟ ਬਹੁਤ ਆ ਬਾਈ, ਇਹ 15-15 ਹਜ਼ਾਰ ਦੇ ਦਿੰਦੇ ਨੇ। ਹਾਂ ਚੱਲ ਘਟਾ ਘਟੂ ਵੀ ਲੈਂਦੇ ਪਰ ਸੋਹਣੀ ਚੀਜ਼ ਆ, ਸਾਰਾ ਤਾਂਬਾ ਤੂੰਬਾ ਹੁੰਦਾ ਬਣਿਆ ਹੋਇਆ। ਪਿੰਕ ਟੀ ਬਣਦੀ ਹੈ, ਆਪਾਂ ਮੰਗਾਈ ਆ ਪਿੰਕ ਟੀ ਹੈ ਨਾ, ਜਿਹੜੀ ਕੋਈ ਕਸ਼ਮੀਰ ਦੀ ਹੈਗੀ ਆ। ਆਪਾਂ ਪੀ ਕੇ ਦੇਖਦੇ ਹਾਂ, ਪਹਿਲੀ ਵਾਰੀ ਮੈਂ ਉਹਨੂੰ ਮੈਨੇਜਰ ਸਾਹਿਬ ਨੂੰ ਕਿਹਾ ਸੀ ਸਾਨੂੰ ਟਰਾਈ ਕਰਾਓ, ਹੁਣ ਪੀ ਕੇ ਦੇਖਦੇ ਹਾਂ ਵੀ ਕਿੱਦਾਂ ਦੀ ਹੈ। ਨਮਕੀਨ ਦੀ ਹੈ, ਠੀਕ ਹੀ ਲੱਗੂਗੀ। ਗੁਲਮਾਰਗ ਦਾ ਯਾਰ ਆਪਣਾ ਨਜ਼ਾਰਾ, ਵੈਸੇ ਇੱਥੇ ਜਿਹੜੇ ਹੋਟਲ ਨੇ ਉਹ ਬਹੁਤ ਮਹਿੰਗੇ ਨੇ ਪਰ ਵਨ ਟਾਈਮ ਐਕਸਪੀਰੀਅੰਸ ਕਰਨਾ ਚਾਹੀਦਾ ਹਰ ਇੱਕ ਨੂੰ। ਥੈਂਕ ਯੂ ਭਈਆ, ਆਪਨੇ ਬਹੁਤ ਹੈਲਪ ਕੀਆ, ਤੋ ਬਹੁਤ ਅੱਛਾ ਲੱਗਾ ਆਪਸੇ ਮਿਲ ਕੇ। ਕਭੀ ਪੰਜਾਬ ਆਨਾ ਪਟਿਆਲਾ ਮੇ, ਤੋ ਹਾਂ ਠੀਕ ਹੈ ਨਾ, ਕਭੀ ਦਿਖਾਏਂਗੇ ਆਪਕੋ ਪੰਜਾਬ ਜੈਸੇ ਆਪਨੇ ਕਸ਼ਮੀਰ ਦਿਖਾਇਆ ਨਾ। ਓਕੇ ਬਾਏ ਬਾਏ। ਆਹ ਮੌਜ ਜਾਣੇ ਦੀਆਂ। ਲਓ ਜੀ ਕਾਲੋ ਸਾਡੀ ਹੋ ਗਈ ਸੀ ਗੰਦੀ ਅਤੇ ਹੁਣ ਅਸੀਂ ਧਵਾ ਲਈ। ਅਤੇ ਇੱਧਰ ਸਾਨੂੰ ਭਾਈ ਜਾਨ ਮਿਲੇ ਆ ਅਤੇ ਇਹ ਰੱਬ ਦਾ ਨਾਂ ਲੈ ਰਹੇ ਸੀ। ਮੈਂ ਕਿਹਾ ਯਾਰ ਸਾਡੇ ਵੀ ਮਾਲਾ ਫੇਰਦੇ ਆ ਅਤੇ ਤੁਸੀਂ ਵੀ ਮਾਲਾ ਫੇਰਦੇ ਹੋ, ਕਹਿੰਦੇ ਹਾਂਜੀ, ਕਹਿੰਦੇ ਆਪਣਾ ਖੂਨ ਇੱਕੋ ਹੀ ਤਾਂ ਹੈ, ਕਹਿੰਦੇ ਲਾਲ ਹੀ ਰੰਗ ਹੈ, ਆਪਕੇ ਬਲੱਡ ਕਾ ਕਿਆ ਰੰਗ ਹੈ, ਕਹਿੰਦੇ। ਮੈਂ ਕਿਹਾ ਵੀ ਲਾਲ, ਕਹਿੰਦੇ ਫਿਰ ਸਾਡੇ ਦਾ ਵੀ ਤਾਂ ਲਾਲ ਹੀ ਹੈ, ਕਹਿੰਦੇ ਇੱਕ ਹੀ ਰੱਬ ਹੈ। ਬੜੀ ਵਧੀਆ ਲੱਗੀ ਭਾਈ ਸਾਹਿਬ ਗੱਲ ਆਪਕੀ, ਬਹੁਤ ਅੱਛਾ ਲੱਗਾ ਆਪਸੇ ਮਿਲ ਕੇ। ਆਪਸੇ ਵੀ ਮਿਲ ਕੇ ਹਮੇ ਅੱਛਾ ਲੱਗਾ ਹੈ ਜੀ। ਆਪਸੇ ਜ਼ਿਆਦਾ ਹਮਾਰਾ ਮੁਸਲਿਮ ਰਿਲੀਜੀਅਸ ਜੋ ਹੈ ਔਰ ਆਪਕਾ ਸਿੱਖ ਰਿਲੀਜੀਅਸ ਜੋ ਹੈ ਆਪਸ ਮੇ ਹਮ ਭਾਈ ਭਾਈ ਹੈ, ਸਭ ਯਹੀ ਰਹੇਗਾ। ਜਾਣਾ ਹੈ ਤੋ ਜਾ ਕੇ ਇਸਮੇ ਕਿਆ ਹੈ ਕਿ ਆਦਮੀ ਦੋ ਹੀ ਕੰਮ ਸੇ ਮਾਨਾ ਜਾਣਾ ਲਾਸਟ ਮੇ ਯਾਦ ਕੀਆ ਜਾਤਾ ਹੈ ਵੋ ਯੇ ਹੈ ਯਾ ਅੱਛਾ ਥਾ ਯਾ ਬੁਰਾ ਥਾ ਜੀ, ਬਸ ਐਂਡ ਮੇ ਨਾ। ਹਾਂ ਐਂਡ ਮੇ ਇਤਨਾ ਹੀ ਕਹੇਂਗੇ। ਬਿਲਕੁਲ ਬਿਲਕੁਲ ਸਹੀ ਬਾਤ ਹੈ, ਠੀਕ ਹੈ ਭਾਈ ਸਾਹਿਬ, ਵਾਲੇਕਮ ਸਲਾਮ। ਜਦੋਂ ਵੀ ਨਾ ਆਪਾਂ ਕਿਸੇ ਦੇ ਧਰਮ 'ਚ ਜਿੱਦਾਂ ਕਿ ਆਪਾਂ ਨੂੰ ਕੋਈ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਤਾਂ ਬੰਦਾ ਬੜਾ ਖੁਸ਼ ਹੁੰਦਾ, ਤਾਂ ਇਸੇ ਲਈ ਮੈਂ ਇਹਨਾਂ ਨੂੰ ਵਾਲੇਕੁਮ ਸਲਾਮ ਕਿਹਾ ਸੀਗਾ ਤਾਂ ਇਹ ਬੜੇ ਖੁਸ਼ ਹੋਏ ਅਤੇ ਬੜਾ ਵਧੀਆ ਇਹਨਾਂ ਨੇ ਮੇਰੇ ਨਾਲ ਬੋਲੇ ਵਰਤੇ ਅਤੇ ਬੜੀਆਂ ਗੱਲਾਂ ਹੋਈਆਂ ਜਿਹੜੀਆਂ ਆਫ ਟੂ ਕੈਮਰਾ ਹੋਈਆਂ ਤਾਂ ਬਹੁਤ ਵਧੀਆ ਲੱਗਿਆ। ਇਨ ਟਾਈਮ ਆਪਣੀ ਜਿਹੜੀ ਕਾਰ ਸੀਗੀ ਉਹ ਵੀ ਧੋਤੀ ਗਈ। ਅਤੇ ਇੱਦਾਂ ਯਾਰ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਨਾ ਤੁਸੀਂ ਬਹਿ ਜਾ ਕਰੋ, ਬਸ ਵੜ ਜਾ ਕਰੋ ਲੋਕਾਂ 'ਚ। ਕਹਿੰਦੇ ਜੀ ਉਹ ਜਿਹੜੀ ਜਗ੍ਹਾ ਸਾਹਮਣੇ ਉੱਪਰ ਦਿਖ ਰਹੀ ਆ ਉੱਥੇ ਬਜਰੰਗੀ ਭਾਈ ਜਾਨ ਜਿਹੜੀ ਮੂਵੀ ਸੀਗੀ ਉਹਦੀ ਮੂਵੀ ਦਾ ਕੁਛ ਪਾਰਟ ਜਿਹੜਾ ਸ਼ੂਟ ਹੋਇਆ ਸੀਗਾ ਉੱਪਰ। ਉਤਨਾ 50 ਹਾਂਜੀ ਪਹਿਲਗਾਮ ਦੀ ਐਂਟਰੀ ਹੋ ਚੁੱਕੀ ਹੈ ਅਤੇ ਇਹਦੀ ਜਿਹੜੀ ਕਮਾਰ ਆਪਰੇਸ਼ਨ ਆ 50 ਰੁਪਏ ਲੈਂਦੀ ਹੈ ਐਂਟਰੀ ਦੇ। ਅਤੇ ਹੁਣ ਆਪਾਂ ਅੱਗੇ ਜਾਂਦੇ ਹਾਂ ਪਹਿਲਗਾਮ ਦੇਖਦੇ ਹਾਂ, ਠੀਕ ਹੈ। ਆਹ ਵੀ ਜਿਵੇਂ ਸ਼ਿਮਲੇ ਆ ਉੱਪਰ ਉਹੀ ਹਾਲ ਹੋ ਰਿਹਾ, ਗਧੇ ਘੋੜੇ ਜੇ ਬਹੁਤ ਨੇ ਉਰੇ। ਜਿਹੜਾ ਅੱਜ ਦਾ ਸਾਡਾ ਹੋਟਲ ਹੈ ਜੀ ਇਹ ਹੈ ਪਹਿਲਗਾਮ ਰਿਜ਼ੋਰਟ, ਅਤੇ ਇੱਥੇ ਗਾਰਡਨ ਗੂਰਡਨ ਵਧੀਆ ਬਣਿਆ ਹੋਇਆ, ਕੁਕਿੰਗ ਕਹਿੰਦੇ ਤੁਸੀਂ ਬਾਹਰੇ ਕਰ ਸਕਦੇ ਹੋ ਅੰਦਰ ਨਹੀਂ। ਤਾਂ ਅਸੀਂ ਲਿਆ ਬ੍ਰੇਕਫਾਸਟ ਅਤੇ ਡਿਨਰ ਦੇ ਨਾਲ ਇਨਕਲੂਡ। ਤਾਂ ਵੀ ਸਮਾਨ ਆ ਜਿਹੜਾ ਖੋਲ੍ਹਿਆ ਜਾ ਰਿਹਾ, ਫਟਾਫਟ ਸਮਾਨ ਰੱਖ ਕੇ ਅਸੀਂ ਜਾਣਾ ਚੰਦਨਵਾੜੀ ਅਤੇ ਬਿਤਾਬ ਵੈਲੀ। ਸੈਲੀ ਸਿੰਘ ਦੀ ਟੀ ਟ੍ਰੇਨਿੰਗ ਕਲਾਸ ਚੱਲ ਰਹੀ ਹੈ,
ਮੈਗੀ ਮੈਟ ਕੇ ਅਸੀਂ ਹੁਣ ਚਾਹ ਵੱਲ ਨੂੰ ਹੋ ਗਏ। ਆਹ ਅਸੀਂ ਤਾਂ ਓਟਾ ਬਣਾ ਲਿਆ ਭਈ, ਆਹ ਜਿਹੜਾ ਹੁੰਦਾ ਸੇਫਟੀ ਵਾਲਾ। ਸਭ ਲੱਕੜ ਕਿਸ ਕੇ ਲਈ ਜਾ ਰਹੇ ਹੋ? ਪਾਣੀ ਗਰਮ ਕਰਨੇ ਕੇ ਲੀਏ ਬਾਈ। ਇੱਥੇ ਇੱਕ ਪਾਣੀ ਵਾਲੀ ਗੱਲ ਆ ਕਿ ਜਦੋਂ ਵੀ ਪਾਣੀ ਟੂਟੀ ਖੋਲੋ ਗਰਮ ਪਾਣੀ ਆਉਂਦਾ। ਮੈਂ ਤਾਂ ਹਾਂ ਪਾਣੀ ਚੱਲਦਾ ਰਹਿੰਦਾ ਗਰਮ ਨਾ। ਇਹ ਕੈਸੇ ਪੱਠੀ ਮੇ ਲਗਾਉਂਦੇ ਹੋ ਤੁਸੀਂ ਇਹਨੂੰ? ਟੈਂਕੀ ਕੇ ਉੱਪਰ ਸੀ ਚੱਲਦਾ ਪਾਣੀ ਗਰਮ? ਏਦਾਂ ਬਾਈ ਇਹ ਲੱਕੜਾਂ ਲੱਗੇ ਜਾਂਦੇ ਨੇ ਸਟੀਮਰ ਚ। ਰਾਤ ਭਰ ਕਹਿੰਦੇ ਪਾਣੀ ਗਰਮ ਹੋ ਜਾਂਦਾ ਇੱਥੇ। ਐਂ ਨਹੀਂ ਹੈਗਾ ਵੀ ਐਂ ਗੀਜ਼ਰ ਅੱਧਾ ਘੰਟਾ ਲੱਗੂਗਾ ਪਾਣੀ ਗਰਮ ਹੋਣ ਨੂੰ, ਜਿਵੇਂ ਇੰਨੀ ਠੰਡ ਹੈ। ਟੂਟੀ ਚਲਾਓ ਗਰਮ ਪਾਣੀ ਮਿਲੂਗਾ ਤੁਹਾਨੂੰ ਪੂਰਾ ਅੱਗ ਵਰਗਾ। ਆਹ ਦੇਖੋ ਯਾਰ ਕਿੰਨੀਆਂ ਸੋਹਣੀਆਂ ਬੱਕਰੀਆਂ ਨੇ, ਕੀ ਬਾਤ ਹੈ। ਹੈਂ ਜੈਸਾ ਪੋਜ਼ ਬੋਲੇਗਾ ਵੈਸੀ ਦੇ ਪੋਜ਼ ਕਰੇਗਾ, ਸ਼ੋਲਡਰ ਤੇ ਪੋਜ਼ ਕਰੇਗਾ। ਓਕੇ ਪਹਿਲਗਾਮ ਦੇ ਆਹ ਵਿਊ ਨੇ, ਤੁਸੀਂ ਦੇਖੋਗੇ ਨਜ਼ਾਰਾ। ਇਹ ਪਹਿਲਗਾਮ ਦਾ ਨਜ਼ਾਰਾ, ਕੀ ਬਾਤ ਹੈ ਪਹਿਲਗਾਮ। ਤੂੰ ਵੀ ਬੜਾ ਘੈਂਟ ਆ ਯਾਰ। ਅਸੀਂ ਪਹੁੰਚ ਗਏ ਜੀ ਚੰਦਨਵਾੜੀ। ਚੰਦਨਵਾੜੀ ਵੀ ਬਰਫ਼ ਬਰਫ਼ੀ ਹੋਏ ਪਈ ਹੈ ਅਤੇ ਅਸੀਂ ਸੋਚ ਰਹੇ ਹਾਂ ਵੀ ਉਤਰਿਆ ਜਾਵੇ ਕਿ ਨਾ ਉਤਰਿਆ ਜਾਵੇ, ਕਿਉਂਕਿ ਗੁਲਮਾਰਗ 'ਚ ਅਸੀਂ ਬਰਫ਼ ਦੇਖ ਦੇਖ ਕੇ ਅੱਕ ਚੁੱਕੇ ਹਾਂ। ਪੰਜਾਬੀ ਟੋਲ ਲਾ ਕੇ ਕਹਿੰਦੇ ਫੋਟੋਆਂ ਖਿਚਾਉਣ ਚੰਦਨਵਾੜੀ 'ਚ ਸਪੈਸ਼ਲ। ਗੁਲਮਾਰਗ ਦੀ ਬਰਫ਼ ਨਾਲ ਤਾਂ ਲੋਟ ਨਹੀਂ ਆਇਆ ਕੰਮ, ਕਹਿੰਦੇ ਹੁਣ ਚੰਦਨਵਾੜੀ ਚਲੋ। ਜਿਹੜੇ ਸ਼ੌਂਕ ਉੱਥੇ ਰਹਿ ਗਏ ਉਹ ਹੁਣ ਪੂਰੇ ਕਰ ਰਹੇ ਹਾਂ। ਲਓ ਵੀ ਫੈਰਨ ਪਾਉਣ ਦਾ ਸ਼ੌਂਕ ਸੀਗਾ ਪਰ ਉਹ ਵੀ ਪਾ ਲਈ ਆਪਾਂ ਨੇ। ਬਾਈ ਨਾਲ ਗੱਲ ਹੋ ਗਈ ਕਿ ਵੀ ਬਣਾ ਕੇ ਕਹਿੰਦੇ ਪਟਿਆਲੇ ਭੇਜਣਗੇ ਆਪਾਂ ਨੂੰ। ਭੇਜ ਦੋਗੇ ਭਈਆ ਪਟਿਆਲਾ? ਭੇਜ ਦੋਗੇ? ਹਾਂ ਭੇਜ ਦੇਗਾ। ਜਿੱਦਾਂ ਆਪਣਾ ਕੁੜਤਾ ਪਜਾਮਾ ਹੁੰਦਾ ਇਹਨਾਂ ਦੀ ਫੈਰਨ ਹੁੰਦੀ ਹੈ। ਆਹ ਵਾਲੇ ਡਰਾਈ ਫਰੂਟ ਮਿਲਦੇ ਆ ਵੀ ਉਰੋਂ ਮਿਲ ਜਾਏ ਯਾਰ। ਖਰੇ ਤਾਂ ਹੁਣ ਆਪਣੇ ਵੀ ਮਿਲਣ ਲੱਗ ਗਏ ਸਾਰੇ, ਇੱਦਾਂ ਦੇ ਡਰਾਈ ਫਰੂਟਸ ਮਿਲਦੇ ਆ। ਸੋ ਅੱਜ ਦਾ ਜਿਹੜਾ ਰੂਮ ਹੈ ਜੀ ਸਾਡਾ ਆਹ ਵਾਲਾ, ਅਤੇ ਆਹ ਬੈਡਿੰਗ ਹੈ, ਆਹ ਕਾਬੋਰਡ ਹੈ, ਟੀ ਵੀ ਹੈ, ਅਤੇ ਇੱਧਰ ਬਾਲਕੋਨੀ ਹੈ, ਅਤੇ ਇੱਧਰ ਮੇਨ ਐਂਟਰੀ ਹੈ। ਕਾਂਗੜੀ ਦਿਖਾਉਣਾ ਸਰ ਕੈਸੇ ਪਾਈ? ਇਹ ਨਾ ਕਾਂਗੜੀ ਰੱਖਦੇ ਇੱਦਾਂ ਫੜ ਕੇ ਡੋਲੋ ਵਾਂਗੂ, ਇਹਦੇ 'ਚ ਅੱਗ ਹੈ ਤੋ ਇਹ ਹੀਟ ਦਿੱਤੀ ਰਹਿੰਦੀ ਨਾ ਹਾਟ ਕੋ। ਇਹਨਾਂ ਦਾ ਖੂਨ ਖਾਣ ਵਗੈਰਾ ਕਿਉਂਕਿ ਠੰਡ ਬਹੁਤ ਪੈਂਦੀ ਹੈ, ਇਸ ਵੇਲੇ ਗਰਮ ਹੈ, ਇਹਦੇ ਵਿੱਚ ਫੜ ਲੈਂਦੇ ਆ, ਤਾਂ ਇਹ ਚੀਜ਼ ਹੈ ਇਹਨਾਂ ਦੀ ਨਸੈਸਿਟੀ ਹੈ ਇੱਥੇ, ਤਾਂ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਠੰਡ ਤੋਂ ਬਚਣ ਲਈ, ਇਹ ਬਚਾ ਕੇ ਰੱਖਦੀ ਹੈ। ਹਮ ਵੀ ਲੈਂਗੇ ਜੇ ਫੈਰਨ ਹੈ ਇਸਕੋ, ਫੈਰਨ ਲੈਂਗੇ ਔਰ ਕਾਂਗੜੀ ਤੋਂ ਸ਼ਾਇਦ ਹਮਾਰੇ ਜ਼ਰੂਰਤ ਨਾ ਪੜੇ, ਫੈਰਨ ਲੈ ਕੇ ਜਾਏਂਗੇ ਹਮ ਪੰਜਾਬ ਮੇ। ਪੱਗ ਪੁੱਗ ਬੰਨ ਕੇ ਆਪਾਂ ਹੋ ਗਏ ਤਿਆਰ, ਪਾ ਲਈ ਨਵੀਂ ਜੈਕਟ। ਆਹ ਹੈਗਾ ਜੀ ਪਹਿਲਗਾਮ ਦਾ ਮਾਰਨਿੰਗ ਵਿਊ, ਇਹ ਬੜਾ ਘੈਂਟ ਹੈ। ਇੱਧਰ ਹੈਗਾ ਸਾਡਾ ਰੈਸਟੋਰੈਂਟ, ਆਹ ਹਾਟਸ ਨੇ ਇੱਥੇ ਇਸ ਰਿਜ਼ੋਰਟ 'ਚ ਬਣੀਆਂ ਹੋਈਆਂ, ਉੱਥੇ ਰਾਤ ਬੋਨਫਾਇਰ ਲੱਗੀ ਸੀ। ਆਹ ਸੀਗਾ ਜੀ ਫਰੰਟ ਵਿਊ। ਲਓ ਜੀ ਪਹਿਲਗਾਮ ਤੋਂ ਸੰਗਤਾਂ ਚੱਲੀਆਂ ਹੁਣ ਸਿੱਧਾ ਪਿੰਡ ਨੂੰ, 12 ਘੰਟੇ ਦਾ ਰਸਤਾ ਸਿੱਧਾ ਪਿੰਡ। ਲਓ ਜੀ ਅਸੀਂ ਰੁਕੇ ਸੀਗੇ ਰਸਤੇ 'ਚ, ਅਤੇ ਇੱਥੇ ਸੇਬ ਦਾ ਜਿਹੜਾ ਜੂਸ ਆ ਉਹ ਬਣਾਇਆ ਜਾਂਦਾ, ਇੱਦਾਂ ਜਿਹੜਾ ਸਿਲਕਾ ਇਹ ਲਾ ਦਿੰਦੇ ਆ, ਉਸ ਤੋਂ ਬਾਅਦ ਇਹਦਾ ਬਣਾਉਂਦੇ ਆ ਜੂਸ। ਸਵਾਦ ਬਣਾਇਆ ਯਾਰ, ਵਧੀਆ ਜੂਸ। ਰਸਤੇ 'ਚ ਪੀੜਾ ਆਉਂਦਾ ਪੀੜਾ, ਇੱਥੇ ਨਾ ਰਾਜਮਾਂਹ ਚੌਲ ਬਹੁਤ ਮਸ਼ਹੂਰ ਨੇ, ਅਤੇ ਟਨਲ ਜਦੋਂ ਟੱਪੋਗੇ ਨਾਲ ਹੀ ਨੇ ਢਾਬੇ 3-4, ਜਿਹੜੇ ਤੋਂ ਮਰਜ਼ੀ ਲੈ ਲਿਓ। ਅਨਾਰਦਾਨੇ ਦੀ ਚਟਣੀ ਅਤੇ ਨਾਲ ਰਾਜਮਾਂਹ ਚੌਲ ਦੇਸੀ ਘੀ ਦੇ। ਇਹ ਪਲੇਟਾਂ ਤੋਂ ਅੰਦਾਜ਼ਾ ਲੱਗ ਸਕਦਾ ਵੀ ਰਾਜਮਾਂਹ ਨੇ ਕਿੰਨੇ ਕੁ ਸਵਾਦ ਹੋਣਗੇ, ਅਤੇ ਆਹ ਇੱਕ ਪਲੇਟ ਅਸੀਂ ਦੁਬਾਰਾ ਮੰਗਾਈ ਹੈ। ਇਹ ਮੁੰਡਾ ਸਾਡਾ ਖਾਂਦਾ ਨਹੀਂ ਸੀ ਰਾਜਮਾਂਹ ਚੌਲ, ਸਪੈਸ਼ਲ ਹੋਰ ਮੰਗਾਇਆ ਕੰਮ ਘੈਂਟ ਆ ਸੈਲੀ ਪੂਰਾ। ਇੱਧਰ ਉਹਨਾਂ ਨੂੰ ਵੀ ਪਸੰਦ ਆਇਆ, ਪਿੱਤੂ ਦਾ ਢਿੱਡ ਦੁਖਦਾ ਸੀ ਤੈਨੂੰ ਤਾਂ ਵੀ ਵਧੀਆ ਲੱਗੇ ਦੇਖ ਲਓ। ਆਹ ਭੇਡਾਂ ਨੇ ਬਈ ਜਿਹੜੀਆਂ, ਇਹ ਇਹਨਾਂ ਦਾ ਖਾਣਾ, ਇਹੀ ਇਹਨਾਂ ਰੁਜ਼ਗਾਰ ਹੈ, ਉੱਨ ਤੋਂ ਬਣਾਉਂਦੇ ਨੇ ਕੱਪੜੇ, ਅਤੇ ਉਦੋਂ ਬਾਅਦ ਇਹਨਾਂ ਨੂੰ ਛੱਕ ਛੁੱਕ ਲਿਆ ਜਾਂਦਾ। ਆਪਣੇ ਚੱਲੀ ਆ ਵੀ ਟ੍ਰੇਨ, ਜੰਮੂ ਤੱਕ ਟ੍ਰੇਨ ਆਉਂਦੀ ਹੈ, ਇਸ ਤੋਂ ਬਾਅਦ ਤੁਸੀਂ ਜੰਮੂ ਤੋਂ ਸ਼੍ਰੀਨਗਰ ਨੂੰ ਤੁਸੀਂ ਟੈਕਸੀ 'ਤੇ ਵੀ ਜਾ ਸਕਦੇ ਹੋ,
ਉਰੇ ਤੱਕ ਟ੍ਰੇਨ ਵੀ ਪਹੁੰਚਦੀ ਹੈ। ਜੀ ਪੰਜਾਬ ਪੁਲਿਸ ਵੱਲੋਂ ਹੋ ਗਿਆ ਸਵਾਗਤ, ਪੰਜਾਬ ਦਾ ਬਾਰਡਰ ਹੋ ਗਿਆ ਕ੍ਰੋਸ। ਸੰਗਤਾਂ ਪਹੁੰਚ ਗਿਆ ਜਲੰਧਰ ਹਵੇਲੀ, ਰਾਤ ਦੇ ਵੱਜ ਗਏ 11। ਆ ਬੀਬੀਆਂ ਲਾ ਰਹੀਆਂ ਨੇ ਰੋਟੀ, ਅਸੀਂ ਇੰਨੇ ਬੈਠਦੇ ਹਾਂ, ਇੰਨੇ ਗਰਮ ਗਰਮ ਪਕਾਉਂਦੀਆਂ ਨੇ, ਫਿਰ ਆਪਾਂ ਖਾਵਾਂਗੇ। ਸਾਡਾ ਆ ਗਿਆ, ਅਸੀਂ ਕੀਤੇ ਨੇ ਦੋ ਥਾਲੀਆਂ ਔਡਰ, ਦੋ ਥਾਲੀਆਂ ਚਾਰ ਜਣਿਆਂ ਲਈ ਸਫੀਸ਼ੀਐਂਟ ਨੇ। ਅਤੇ ਆਹ ਸਾਈਬਰ ਦੀ ਐਕਟਿਵ ਪ੍ਰੋ ਦਹੀਆਂ ਜਿਹੜੀਆਂ ਅਸੀਂ ਲੈ ਕੇ ਆਏ ਸੀਗੇ ਕਸ਼ਮੀਰ ਤੋਂ। ਸਵੇਰ ਦੇ ਵੱਜ ਗਏ 3, ਅਸੀਂ ਪਹੁੰਚ ਗਏ ਘਰ। ਸਾਡੇ ਕੁੱਤੇ ਸਾਨੂੰ ਭੌਂਕਦੇ ਨੇ ਬਈ, ਬੰਦੇ ਨਿਕਲੇ ਜਿਹੜੇ ਕੁੱਤੇ ਪੈ ਰਹੇ ਪਿੱਛੇ। ਉੱਠੋ ਬਾਈ, ਆਪਣਾ ਘਰ ਆਪਣਾ ਹੁੰਦਾ ਬਈ। ਪਹੁੰਚ ਗਏ ਅਸੀਂ, ਅਤੇ ਸਾਡੀ ਜਿਹੜੀ ਗੱਡੀ ਹੈ ਟੋਟਲ 1700 ਕਿਲੋਮੀਟਰ ਚੱਲੀ ਹੈ ਸਾਰੀ। 15,000 ਦਾ ਇਹਨੇ ਖਾਧਾ ਤੇਲ ਜੀ ਪੂਰੇ ਰੂਟ 'ਤੇ।